ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਨਿਰੂਪ ਜਰਵਾਨ। ਕਹਿੰਦੇ ਨੇ ਕਿ ਦਿੱਲੀ ਨੂੰ ਲੁੱਟ ਲਿਆ ਹੁਣ ਕੇਜਰੀਵਾਲ, ਪੰਜਾਬ ਦਾ ਰੁੱਖ ਕਰ ਰਹੇ, ਅਤੇ ਸਾਡੇ ਨਾਲ ਅਰਵਿੰਦਰ ਸਿੰਘ ਲਵਲੀ ਜੀ ਜੀ। ਸਰ, ਤੁਸੀਂ ਦਿੱਲੀ ਸਪੈਸ਼ਲ ਆਏ ਹੋ, ਤੁਸੀਂ ਇਹ ਦੱਸਣ ਆਏ ਲੋਕਾਂ ਨੂੰ ਕਿ ਕੇਜਰੀਵਾਲ ਜੋ ਕਹਿੰਦਾ, ਜੋ ਮੈਨੀਫੈਸਟੋ ਉਹਨਾਂ ਨੇ ਜਾਰੀ ਕੀਤੇ ਨੇ, ਉਹ ਕਿਤੇ ਨਾ ਕਿਤੇ ਸੱਚ ਨਹੀਂ ਨੇ, ਝੂਠ ਨੇ? ਦੇਖੋ, ਮੈਂ ਤਾਂ ਪਾਰਟੀ ਦੀ ਬੁਨਿਆਦ ਹੀ ਝੂਠ 'ਤੇ ਹੈ। ਪਾਰਟੀ ਕੀ ਕਹਿ ਕੇ ਬਣੀ ਸੀ ਕਿ ਜਨ ਲੋਕਪਾਲ ਬਿੱਲ ਵਾਸਤੇ ਪਾਰਟੀ ਬਣ ਰਹੀ ਹੈ, ਅੱਜ ਜਨ ਲੋਕਪਾਲ ਬਿੱਲ ਦੀ ਚਰਚਾ ਕਰ ਰਹੇ ਨੇ। ਜਨ ਲੋਕਪਾਲ ਛੋੜੋ, ਦਿੱਲੀ 'ਚ ਲੋਕਪਾਲ ਵੀ ਨਿਯੁਕਤ ਨਹੀਂ ਕਰ ਰੱਖਿਆ ਇਹਨਾਂ ਨੇ। ਇਹ ਪਾਰਟੀ ਬਣੀ ਸੀ ਕਿ ਸੁਪਰੀਮੋ ਪੋਲੀਟਿਕਸ ਦੇ ਖਿਲਾਫ ਸੀ, ਅੱਜ ਕੌਣ ਸੁਪਰੀਮੋ ਬਣਿਆ ਹੋਇਆ? ਇਹ ਕਹਿ ਰਹੇ ਸਨ ਕਿ ਪੋਲੀਟਿਕਸ ਵਿੱਚ ਸੁਪਰੀਮੋ ਕਲਚਰ ਖਤਮ ਕਰਨਾ, ਅੱਜ ਕੌਣ ਸੁਪਰੀਮੋ ਬਣਿਆ ਹੋਇਆ? ਅਤੇ ਇਹ ਤਾਂ ਪਾਰਟੀ ਬਣੀ ਝੂਠ ਦੇ ਬੁਨਿਆਦ 'ਤੇ ਹੈ। ਦਿੱਲੀ 'ਚ ਆ ਕੇ, ਪੰਜਾਬ 'ਚ ਆ ਕੇ ਕਹਿ ਰਹੇ ਨੇ ਕਿ ਸਾਰੀ ਬੱਚਿਆਂ ਦੇ ਅਕਾਊਂਟ ਵਿੱਚ 1000 ਰੁਪਏ ਜਮ੍ਹਾਂ ਕਰਾਵਾਂਗੇ ਜਿਹੜੇ 18 ਸਾਲ ਦੇ ਹੋਣਗੇ। ਦਿੱਲੀ 'ਚ ਇੱਕ ਲਾਡਲੀ ਸਕੀਮ ਸੀ ਜਿਹਦੇ 36,000 ਰੁਪਇਆ ਮਿਲਦਾ, ਅੱਜ ਉਸ ਸਕੀਮ ਦਾ ਪੱਠਾ ਬਿਠਾ ਦਿੱਤਾ। ਸਾਡੇ ਟਾਈਮ 'ਤੇ 1.25 ਲੱਖ ਬੱਚੀਆਂ ਹਰ ਸਾਲ ਹੁੰਦੇ, ਅੱਜ 3,000 ਤੋਂ ਵੀ ਘੱਟ ਰਹਿ ਗਏ ਨੇ ਉਹਦੇ ਰਜਿਸਟਰਡ ਹੋਣੇ ਹਰ ਸਾਲ ਵਿੱਚ। ਅਤੇ ਉਹ ਲਾਡਲੀ ਸਕੀਮ 36,000 ਵਾਲੀ ਦਿੱਲੀ 'ਚ ਪੱਠਾ ਬਿਠਾ ਦਿੱਤਾ, ਇੱਥੇ ਆ ਕੇ ਕਹਿ ਰਹੇ 1000 ਰੁਪਏ ਦੇਵਾਂਗੇ। ਇੱਕ ਕਿਸ਼ੋਰੀ ਸਕੀਮ ਸੀ, ਉਹਦੇ ਨਾਲ ਵੀ ਇਹਨਾਂ ਨੇ ਇਹੀ ਕੀਤਾ। ਅਤੇ ਦਿੱਲੀ 'ਚ ਅਲੱਗ ਚੀਜ਼ਾਂ ਨੇ, ਇੱਥੇ ਅਲੱਗ ਚੀਜ਼ਾਂ ਨੇ। ਇੱਧਰ ਆ ਕੇ ਕਹਿ ਰਹੇ ਨੇ ਕਿ ਅਸੀਂ ਹਸਪਤਾਲ ਖੁਲਵਾ ਦਾਂਗੇ ਸਭ ਜਗ੍ਹਾ, ਹਰ ਜਿੱਧਰ ਜਾਂਦੇ ਨੇ ਉੱਥੇ ਕਹਿੰਦੇ ਨੇ ਦਿੱਲੀ 'ਚ ਅਸੀਂ ਵਰਲਡ ਕਲਾਸ ਹਸਪਤਾਲ ਬਣਾ ਦਿੱਤੇ। ਭਗਵਾਨ ਸਭ ਨੂੰ ਠੀਕ ਰੱਖੇ। ਇਹਨਾਂ ਦੀ ਆਪਣੀ ਪਤਨੀ ਨੂੰ ਕੋਵਿਡ ਹੋ ਗਿਆ ਸੀ, ਇਹਨਾਂ ਦੇ ਡਿਪਟੀ ਚੀਫ ਮਿਨਿਸਟਰ ਨੂੰ ਕੋਵਿਡ ਹੋ ਗਿਆ ਸੀ, ਇਹਨਾਂ ਦੇ ਹੈਲਥ ਮਿਨਿਸਟਰ ਨੂੰ ਕੋਵਿਡ ਹੋ ਗਿਆ ਸੀ, ਇਹਨਾਂ ਦੇ ਇੱਕ ਹੋਰ ਮੰਤਰੀ ਨੇ ਗੋਪਾਲ ਰਾਏ, ਉਹਨਾਂ ਨੂੰ ਕੋਵਿਡ ਹੋ ਗਿਆ ਸੀ। ਉਹਨਾਂ ਨੇ ਆਪਣਾ ਇਲਾਜ ਕਿੱਥੇ ਕਰਾਇਆ? ਮੈਕਸ ਵਿੱਚ, ਮੈਦਾਨਤਾ ਵਿੱਚ। ਜਦ ਵਰਲਡ ਕਲਾਸ ਹਸਪਤਾਲ ਬਣਾ ਦਿੱਤੇ, ਉਹਦੇ ਵਿੱਚ ਇਹਨਾਂ ਦੇ ਆਪਣੇ ਮੰਤਰੀ ਔਰ ਆਪਣੇ ਪਰਿਵਾਰ ਦੇ ਲੋਕ ਹੀ ਜਾਣ ਨੂੰ ਤਿਆਰ ਨਹੀਂ ਨੇ, ਔਰ ਉਹੋ ਜਿਹੇ ਹਸਪਤਾਲ ਹੈ ਪੰਜਾਬ 'ਚ ਬਣਾਉਣ ਦੀ ਗੱਲ ਕਰ ਰਹੇ ਨੇ, ਇਹ ਟੋਟਲੀ ਝੂਠ। ਤੁਹਾਨੂੰ ਨਹੀਂ ਲੱਗਦਾ ਸਰਕਾਰੀ ਜੇ ਹਸਪਤਾਲ ਨੇ, ਸਿੱਖਿਆ ਵਿਭਾਗ ਨੇ, ਜਿਨ੍ਹਾਂ ਦੀ ਗੱਲਾਂ ਉਹ ਕਰਦੇ ਨੇ, ਕਿ ਉਹ, ਕਿਉਂਕਿ ਜਦ ਇੱਥੇ ਪਹੁੰਚੇ ਸੀ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਦਿਖਾਉਂਦਾ, ਅਤੇ ਉਹਨਾਂ ਨੇ ਸਪੈਸ਼ਲ ਇੱਕ ਸਕੂਲ ਦਾ ਦੌਰਾ ਕਰਕੇ ਦਿਖਾਇਆ ਸੀਗਾ, ਬਹੁਤ ਵਾਇਰਲ ਹੋਈ ਸੀ ਉਹ ਖਬਰ ਜਿੱਥੇ ਦਿਖਾਇਆ ਸੀ ਕਿ ਅਸਲ ਦੇ ਵਿੱਚ ਪੰਜਾਬ ਦੇ ਸਕੂਲਾਂ ਦੀ ਕੀ ਹਾਲਤ ਹੈ। ਉਹ ਕਹਿੰਦੇ ਨੇ ਕਿ ਸਾਡੇ ਪਾਸੇ ਦਿੱਲੀ ਆਓ, ਦਿੱਲੀ ਦੇ ਵਿਚਕਾਰ ਸਰਕਾਰੀ ਸਕੂਲਾਂ ਦੀ ਜੋ ਹਾਲਤ ਹੈ ਉਸਨੂੰ ਦੇਖ ਕੇ ਤੁਸੀਂ ਖੁਸ਼ ਹੋਵੋਗੇ, ਤੁਸੀਂ ਕਹੋਗੇ ਤੁਹਾਡੇ ਬੱਚੇ ਇੱਥੇ ਪੜ੍ਹਨੇ ਚਾਹੀਦੇ ਨੇ। ਇਹਨਾਂ ਨੇ 40-50 ਸਕੂਲਾਂ 'ਚ ਪੈਸੇ ਲਗਾ ਦਿੱਤੇ। ਇਹਨਾਂ ਦਾ ਮਾਡਲ ਜਿਹੜਾ ਠੇਕੇਦਾਰ ਫਰੈਂਡਲੀ ਮਾਡਲ ਹੈ। ਇਹ ਜਿਹੜੇ ਪੰਜਾਬ 'ਚ ਬੋਰਡ ਦੇਖ ਰਹੇ ਹੋ ਨਾ, ਇਹ ਸਕੂਲ ਬਣਵਾਏ ਵਾਲੇ ਠੇਕੇਦਾਰਾਂ ਦੇ ਪੈਸੇ ਦੇ ਹੀ ਬੋਰਡ ਦੇਖ ਰਹੇ ਹੋ। ਸਕੂਲਾਂ ਦਾ ਬੇਸਿਕ ਮਕਸਦ ਕੀ ਹੈ? ਜ਼ਿਆਦਾ ਤੋਂ ਜ਼ਿਆਦਾ ਬੱਚੇ ਸ਼ਿਕਸ਼ਾ ਗ੍ਰਹਿਣ ਕਰਨ। ਜਦ ਇਹਨਾਂ ਦੀ ਸਰਕਾਰ ਬਣੀ ਤਾਂ ਦਿੱਲੀ ਦੇ ਸਰਕਾਰੀ ਸਕੂਲਾਂ 'ਚ 17 ਲੱਖ ਬੱਚੇ ਪੜ੍ਹਦੇ ਸਨ, ਅੱਜ ਘੱਟ ਕੇ 16 ਲੱਖ ਰਹਿ ਗਏ ਨੇ। ਦਿੱਲੀ ਦੀ ਆਬਾਦੀ ਤਾਂ ਪਿਛਲੇ 7 ਸਾਲ 'ਚ ਵਧੀ ਹੋਏਗੀ ਨਾ, ਅਤੇ ਬੱਚੇ ਕਿਉਂ ਘੱਟ ਹੋ ਗਏ? 12ਵੀਂ ਔਰ 10ਵੀਂ ਦਾ ਰਿਜ਼ਲਟ ਜੋ ਪਹਿਲੇ ਸੀ ਉਸ ਤੋਂ ਅੱਜ ਘੱਟ ਹੈ। ਸਰਕਾਰੀ ਸਕੂਲਾਂ 'ਚ ਵੈਕੈਂਸੀ ਜ਼ਿਆਦਾ ਹੈ, 1000 ਵਿੱਚੋਂ 400 ਸਕੂਲ ਵਿੱਚ ਤਾਂ ਪ੍ਰਿੰਸੀਪਲ ਹੀ ਨਹੀਂ ਨੇ ਰੈਗੂਲਰ। ਅਤੇ ਇਹਨਾਂ ਨੇ ਕਿਹਾ ਸੀ ਪਾਰਟ ਟਾਈਮ ਟੀਚਰਸ ਨੂੰ ਰੈਗੂਲਾਈਜ਼ ਕਰ ਦਾਂਗੇ, ਅੱਜ ਤੱਕ ਉਹਨਾਂ ਦਾ ਕੋਈ ਪਤਾ ਹੀ ਨਹੀਂ ਹੈ। ਅਸੀਂ ਟੀਚਰਸ ਨੂੰ ਰੀਇੰਪਲੋਇਮੈਂਟ ਦਿੰਦੇ ਸੀ ਜਦ ਤੱਕ ਵੈਕੈਂਸੀ ਹੈ, ਉਹ ਵੀ ਬੰਦ ਕਰ ਦਿੱਤੀ ਇਹਨਾਂ ਨੇ। ਅਤੇ ਇਹਨਾਂ ਦਾ ਮਾਡਲ ਠੇਕੇਦਾਰ ਫਰੈਂਡਲੀ ਤਾਂ ਹੋ ਸਕਦਾ, ਐਜੂਕੇਸ਼ਨ ਫਰੈਂਡਲੀ ਮਾਡਲ ਨਹੀਂ ਇਹਨਾਂ ਦਾ। ਪੰਜਾਬ ਮਾਡਲ ਦੀ ਗੱਲ ਕੇਜਰੀਵਾਲ ਸਾਹਿਬ ਕਹਿ ਰਹੇ ਹਾਂ, ਸਿੱਖਿਆ, ਸਿਹਤ ਅਤੇ ਬੇਰੁਜ਼ਗਾਰੀ ਦੂਰ ਕਰਾਂਗੇ, ਲੇਕਿਨ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿਚਕਾਰ? ਨਵਜੋਤ ਸਿੰਘ ਸਿੱਧੂ ਨੇ ਵੀ ਆਪਣਾ ਪੰਜਾਬ ਦਾ ਮਾਡਲ ਰੱਖਿਆ, ਚਰਨਜੀਤ ਸਿੰਘ ਚੰਨੀ ਜੀ ਨੇ ਵੀ ਕੁਛ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਵੀ ਆਪਣੇ ਜਿਹਨੇ ਇੱਕ ਕੁਛ ਕਹੀਏ ਐਲਾਨ ਕੀਤੇ ਨੇ, ਜਿਸ ਦੇ ਵਿੱਚ ਉਹਨਾਂ ਨੇ ਸਰਕਾਰੀ ਸਕੂਲਾਂ ਦੇ ਵਿਚਕਾਰ ਬੱਚਿਆਂ ਦੀ ਸਿੱਖਿਆ ਜੇ ਫਰੀ ਕੀਤੀ, ਇਸ ਦੇ ਨਾਲ ਹੀ ਜੇ ਜਨਰਲ ਕੈਟਾਗਰੀ ਉਹਨਾਂ ਵਾਸਤੇ ਜੇ ਹੈਗਾ ਇੱਕ ਉਹ ਐਲਾਨ ਕੀਤਾ ਹੈ ਵਜ਼ੀਫਾ। ਦੇਖੋ, ਐਲਾਨ ਹੈ ਜੋ ਮਰਜ਼ੀ ਕਰਦੇ ਰਹਿਣ, ਦਿੱਲੀ ਮਾਡਲ ਵਿੱਚ ਤਾਂ ਕੁਛ ਹੈ ਹੀ ਨਹੀਂ, ਇਹ ਤਾਂ ਸਿਰਫ ਇੱਥੇ ਝੂਠ ਬੋਲਣ। ਹੁਣ ਇੱਥੇ ਆ ਕੇ ਕਹਿ ਰਹੇ ਨੇ ਕਿ ਅਸੀਂ ਪੰਜਾਬੀਆਂ ਦੇ ਸਭ ਤੋਂ ਵੱਡੇ ਹਿਮਾਇਤੀ ਹਾਂ, ਪੰਜਾਬੀ ਕਲਚਰ ਦਾ। ਦਿੱਲੀ ਵਿੱਚ ਜਦ ਪੋਲਿਊਸ਼ਨ ਫੈਲ ਜਾਂਦਾ ਹੈ, ਇਹ ਪੰਜਾਬ ਦੇ ਕਿਸਾਨ ਦੇ ਉੱਤੇ ਇਲਜ਼ਾਮ ਲਗਾ ਦਿੰਦੇ ਨੇ। ਇਹ ਕਹਿੰਦੇ ਨੇ ਕਿ ਪੰਜਾਬ ਦੇ ਕਿਸਾਨ ਆਪਣੀ ਪਰਾਲੀ ਜਲਾਉਂਦਾ ਹੈ, ਇਹਦੀ ਵਜ੍ਹਾ ਨਾਲ ਦਿੱਲੀ ਦੇ ਲੋਕ ਪੋਲਿਊਸ਼ਨ ਨਾਲ ਮਰ ਰਹੇ ਨੇ। ਇੱਕ ਮਿੰਟ ਨਹੀਂ ਲਗਾਉਂਦਾ ਪੰਜਾਬ ਦੇ ਲੋਕਾਂ 'ਤੇ ਇਲਜ਼ਾਮ ਲਗਾਉਣ ਵਾਸਤੇ, ਜਦਕਿ ਸੱਚ ਗੱਲ ਇਹ ਵੇ ਕਿ ਪਬਲਿਕ ਟਰਾਂਸਪੋਰਟ ਸਿਸਟਮ ਕੋਲੈਪਸ ਕਰ ਗਿਆ। ਇਹ ਪਿਛਲੇ ਆਪਣੇ 7 ਸਾਲ ਦੇ ਰਾਜ ਵਿੱਚ ਇੱਕ ਨਵੀਂ ਬੱਸ ਨਹੀਂ ਖਰੀਦ ਪਾਈ। ਦਿੱਲੀ 10,000 ਬੱਸਾਂ ਸਨ, ਅੱਜ ਘੱਟ ਕੇ 3,000 ਰਹਿ ਗਈਆਂ। ਦਿੱਲੀ ਦੀ ਮੈਟਰੋ ਜਿਹੜੀ ਹੈ ਉਹਦਾ ਕੰਮ ਡਿਲੇ ਹੋ ਰਿਹਾ, ਜਿਹਦੀ ਵਜ੍ਹਾ ਨਾਲ ਪੋਲਿਊਸ਼ਨ ਹੋ ਰਿਹਾ। ਇਲਜ਼ਾਮ ਕਹਿੰਦੇ ਤੇ ਪੰਜਾਬ ਦੇ ਕਿਸਾਨਾਂ ਦੇ। ਬੇਸਿਕ ਮਾਨਸਿਕਤਾ ਇਸ ਆਦਮੀ ਦੀ ਪੰਜਾਬੀ ਹੈ ਔਰ ਪੰਜਾਬੀਅਤ ਦੇ ਖਿਲਾਫ ਹੈ। 3 ਵਾਰ ਇਹਨਾਂ ਦੀ ਸਰਕਾਰ ਬਣੀ, ਉਸ ਸਰਕਾਰ 'ਚ ਇੱਕ ਪੰਜਾਬੀ ਮਿਨਿਸਟਰ ਨਹੀਂ ਬਣਾਇਆ ਇਹਨਾਂ ਨੇ। ਦਿੱਲੀ 'ਚ ਗੁਰੂ ਤੇਗ ਬਹਾਦਰ ਮੈਮੋਰੀਅਲ ਹੈ, ਜੋ ਪੰਜਾਬੀ ਸੱਭਿਆਚਾਰ ਦਾ ਔਰ ਨਾ ਕੇਵਲ ਸਿੱਖਾਂ ਦਾ ਬਲਕਿ ਪੂਰੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਬੜੇ ਮਾਣ ਸਨਮਾਨ ਦੀ ਗੱਲ ਹੈ। ਔਰ ਦਿੱਲੀ 'ਚ ਉਹਨਾਂ ਦੀ ਸ਼ਹਾਦਤ, ਦਿੱਲੀ ਉਹਨਾਂ ਦੀ ਸ਼ਹਾਦਤ ਦੇ ਨਾਮ 'ਤੇ ਜਾਣੀ ਜਾਂਦੀ ਹੈ। ਔਰ ਉਸੀ ਮੈਮੋਰੀਅਲ ਦੇ ਬਾਹਰ ਕਿਸਾਨ 1 ਸਾਲ ਤੱਕ ਧਰਨੇ 'ਤੇ ਬੈਠੇ ਰਹੇ। ਜਿਸ ਆਦਮੀ ਕੋਲ ਉਹ ਮੈਮੋਰੀਅਲ ਨਹੀਂ ਸੰਭਲ ਰਿਹਾ, ਉਹ ਪੰਜਾਬ ਸੰਭਾਲਣ ਦੀ ਗੱਲ ਕਰ ਰਿਹਾ ਔਰ ਪੰਜਾਬ ਦੇ ਲੋਕਾਂ ਨੂੰ ਸੰਭਾਲਣ ਦੀ ਗੱਲ ਕਰ ਰਿਹਾ। ਲੇਕਿਨ ਕੇਜਰੀਵਾਲ ਸਾਹਿਬ ਦਾ ਦਿੱਲੀ ਮਾਡਲ ਜੋ ਹੈਗਾ, ਉਸ ਦੇ ਵਿਚਕਾਰ ਸਿੱਖਾਂ ਅਤੇ ਔਰਤਾਂ ਦੇ ਨਾਲ ਇਸ ਤਰ੍ਹਾਂ ਦਾ ਕਿਉਂ ਹੈਗਾ? ਮੈਂ ਤਾਂ ਤੁਹਾਡੇ ਕੋਲ ਪੁੱਛ ਰਿਹਾ, ਇੱਥੇ ਆ ਕੇ ਪੰਜਾਬੀਆਂ ਦੇ ਹਿਮਾਇਤੀ ਬਣ ਰਹੇ। ਸਿੰਪਲ ਗੱਲ ਹੈ, 3 ਵਾਰ ਸਰਕਾਰ ਬਣੀ,
ਅਤੇ ਇਹਦੀ 3 ਵਾਰੀ ਸਰਕਾਰ ਬਣੀ, ਇਹਨੂੰ ਇੱਕ ਸਿੱਖ ਇੱਕ ਪੰਜਾਬੀ ਇਸ ਲਾਇਕ ਨਹੀਂ ਮਿਲਿਆ ਕਿ ਜਿਹਨੂੰ ਰਿਪ੍ਰਜੈਂਟੇਸ਼ਨ ਦੇ ਸਕੇ, ਅਤੇ ਉਹ ਅੱਜ ਪੰਜਾਬੀਆਂ ਨੂੰ ਬਚਾਉਣ ਦੀ ਗੱਲ ਕਰ ਰਿਹਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਿਹਾ। ਅਕਾਲੀ ਦਲ ਕਹਿੰਦੀ ਹੈ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹ ਨੇ ਜੋ ਸਾਰੇ ਪਾਸੋਂ ਰਿਜੈਕਟਿਡ ਨੇ, ਉਹ ਜੋ ਉਹਨਾਂ ਦਾ ਕੁਛ ਨਾ ਕੁਛ ਜਿਹਾ ਪਿਛੋਕੜ ਜਿਹਾ ਅਪਰਾਧਿਕ ਛੱਬੀ ਦਾ, ਉਹਨਾਂ ਨੂੰ ਕੈਂਡੀਡੇਟਸ ਬਣਾਇਆ ਗਿਆ। ਦੇਖੀਏ, ਉਹ ਤਾਂ ਹੁਣ ਇਹਨਾਂ ਦੀ ਆਪਣੀ ਮਰਜ਼ੀ ਹੈ ਕਿਸ ਟਾਈਪ ਦੇ ਲੋਕਾਂ ਨੂੰ ਇਹ ਕੈਂਡੀਡੇਟ ਬਣਨਾ ਚਾਹੁੰਦੇ ਨੇ, ਪਰ ਮੈਂ ਇਹ ਕਹਿਣ ਵਾਸਤੇ ਆਇਆ ਕਿ ਦਿੱਲੀ ਮਾਡਲ ਸਿਵਾਏ ਝੂਠ ਦੇ ਹੋਰ ਕੋਈ ਮਾਡਲ ਨਹੀਂ ਹੈ। ਦਿੱਲੀ ਮਾਡਲ ਕੁਛ ਹੈ ਹੀ ਨਹੀਂ। ਪੰਜਾਬ ਦੇ ਲੋਕਾਂ ਨੂੰ ਕਹਿਣਾ ਹੈ ਕਿ ਸਾਵਧਾਨ ਰਹੋ, ਇੱਕ ਠੱਗ ਆਇਆ ਹੈ, ਜਿਵੇਂ ਅਬਦਾਲੀ ਆਇਆ ਸੀ ਦਿੱਲੀ ਨੂੰ ਲੁੱਟ ਕੇ, ਐਵੇਂ ਇਹ ਵੀ ਪੰਜਾਬ ਨੂੰ ਲੁੱਟਣ ਆਇਆ, ਅਤੇ ਜਿਵੇਂ ਪੰਜਾਬ ਦੇ ਲੋਕਾਂ ਨੇ ਅਬਦਾਲੀ ਦਾ ਇਲਾਜ ਕੀਤਾ ਸੀ, ਉਵੇਂ ਹੀ ਇਹਦਾ ਵੀ ਕਰਨ ਹੈ, ਅਪੀਲ ਕਰਨ ਆਇਆ। ਭਾਜਪਾ ਕਹਿੰਦੀ ਹੈ ਕਿਤੇ ਨਾ ਕਿਤੇ ਜੋ ਕੁਮਾਰ ਵਿਸ਼ਵਾਸ ਦੇ ਨਾਲ ਹੋਇਆ, ਜੋ ਦੁਰਗੇਸ਼ ਪਾਠਕ ਨਾਲ ਹੋਇਆ, ਹੋਰ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨਾਲ ਹੋਇਆ, ਉਹ ਕਿਤੇ ਭਗਵੰਤ ਮਾਨ ਨਾਲ ਨਾ ਹੋ ਜਾਵੇ, ਕਿਉਂਕਿ ਕਿਤੇ ਨਾ ਕਿਤੇ ਭਗਵੰਤ ਮਾਨ ਪੰਜਾਬੀਆਂ ਦਾ ਮੁੰਡਾ, ਅਸੀਂ ਨਹੀਂ ਚਾਹੁੰਦੇ ਕਿ ਉਹਦੀ ਦੁਰਦਸ਼ਾ ਵੀ ਹੋਈ ਹੋ। ਨਹੀਂ, ਸਹੀ ਗੱਲ ਹੈ, ਇਹਨੇ ਅੰਨਾ ਹਜ਼ਾਰੇ ਜੀ ਨਾਲ ਇਹ ਕੀਤਾ, ਪ੍ਰਸ਼ਾਂਤ ਭੂਸ਼ਣ ਨਾਲ ਕੀਤਾ, ਕੁਮਾਰ ਵਿਸ਼ਵਾਸ ਨਾਲ ਕੀਤਾ, ਔਰ ਜੋ ਹੈ ਯੋਗਿੰਦਰ ਯਾਦਵ ਜੀ ਨਾਲ ਕੀਤਾ, ਅਤੇ ਭਗਵੰਤ ਮਾਨ ਨਾਲ ਨਹੀਂ ਕਰੇਗਾ, ਇਸ ਚੀਜ਼ ਦੀ ਕੀ ਗਰੰਟੀ ਹੈ? ਅਤੇ ਸਭ ਤੋਂ ਜ਼ਿਆਦਾ ਤਾਂ ਪੰਜਾਬ ਦੇ ਨਾਲ ਨਾਲ ਉਹਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਕੀ ਉਸਦੇ ਵਿਚਕਾਰ ਰਾਘਵ ਚੱਡਾ ਦਾ ਵੀ ਨਾਂ ਆਉਂਦਾ? ਨਹੀਂ, ਹੁਣ ਪਤਾ ਨਹੀਂ ਕੀ ਆਉਂਦਾ ਨਹੀਂ ਆਉਂਦਾ, ਬਟ ਇਸ ਆਦਮੀ ਦੀ ਮਾਨਸਿਕਤਾ ਰਹੀ ਹੈ ਕਿ ਜੋ ਨਾਲ ਰਹੇ ਪਹਿਲੇ ਉਹਦਾ ਹੀ ਇਲਾਜ ਕਰਦਾ। ਸਰ, ਇਸ ਵੇਲੇ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਦੌਰੇ ਬਹੁਤ ਜ਼ਿਆਦਾ ਚੱਲ ਰਹੇ ਨੇ, ਪ੍ਰਧਾਨ ਮੰਤਰੀ ਮੋਦੀ ਵੀ ਰੈਲੀਆਂ ਕਰ ਰਹੇ ਨੇ, ਸੰਬੋਧਨ ਕਰ ਰਹੇ ਨੇ, ਇੱਕ ਨਵਾਂ ਪੰਜਾਬ ਬਣਾਉਣ ਦੀ ਗੱਲ ਕਰਦੇ ਨੇ, ਲੇਕਿਨ ਜਦ ਆਪਾਂ ਤੁਸੀਂ ਦਿੱਲੀ ਬੈਠੇ ਪੰਜਾਬ ਦੇ ਵੱਲ ਦੇਖਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਪੰਜਾਬ ਦੀ ਖੁਸ਼ਹਾਲੀ ਲਈ ਕੀ ਚਾਹੀਦਾ? ਦੇਖੋ, ਪੰਜਾਬ ਦੀ ਖੁਸ਼ਹਾਲੀ ਲਈ ਇੱਕ ਇਹੋ ਜਿਹੀ ਗਵਰਨਮੈਂਟ ਚਾਹੀਦੀ ਹੈ ਜਿਹੜੇ ਸਭ ਲੋਕਾਂ ਨੂੰ ਨਾਲ ਲੈ ਕੇ ਚੱਲ ਸਕੇ, ਹਰ ਧਰਮ ਦੇ ਲੋਕਾਂ ਨੂੰ ਲੈ। ਪੰਜਾਬ ਦਾ ਸੱਭਿਆਚਾਰ ਪੂਰੀ ਦੁਨੀਆ 'ਚ ਮਸ਼ਹੂਰ ਹੈ, ਇਸ ਸੱਭਿਆਚਾਰ ਨੂੰ ਬਰਕਰਾਰ ਰੱਖ ਸਕੇ, ਲੋਕਾਂ ਨੂੰ ਤੋੜਨ ਵੰਡਣ ਦੀ ਗੱਲ ਨਾ ਕਰੇ। ਪੰਜਾਬ ਤੋਂ ਜ਼ਿਆਦਾ ਖੁਸ਼ਹਾਲ ਪੰਜਾਬ ਖੁਸ਼ਹਾਲ ਰਹੇਗਾ ਤਾਂ ਦੇਸ਼ ਖੁਸ਼ਹਾਲ ਰਹੇਗਾ। ਅਤੇ ਉਹ ਇਹੋ ਜਿਹੇ ਲੋਕਾਂ ਦੇ ਜਿਨ੍ਹਾਂ ਦੇ ਦੋ ਮੂੰਹ ਨਾ ਹੋਣ, ਜੋ ਦਿੱਲੀ 'ਚ ਬਹਿ ਕੇ ਪੰਜਾਬੀਆਂ ਦੇ ਖਿਲਾਫ ਗਰਲ ਕਰਨ ਔਰ ਇੱਥੇ ਪੰਜਾਬ ਦਾ ਮਸੀਹਾ ਬਣਨ ਦੀ ਗੱਲ ਕਰ ਰਹੇ ਨੇ, ਇਹੋ ਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਵਿੱਚ ਇੱਕ ਹੋਰ ਗੱਲ ਹੈ ਕਿ ਇਸ ਵਾਰ ਸਾਰੇ ਵੋਟ ਬੈਂਕਾਂ ਦੀ ਗੱਲ ਹੋਈ, ਲੇਕਿਨ ਈਸਾਈ ਵੋਟ ਬੈਂਕ ਦੀ ਗੱਲ ਪੰਜਾਬ ਦੇ ਵਿਚਕਾਰ ਜ਼ਿਆਦਾ ਨਹੀਂ ਹੋਈ ਹੈ? ਨਹੀਂ, ਉਹਨਾਂ ਦਾ ਵੀ ਆਪਣਾ ਰੋਲ ਹੈ। ਮੈਂ ਤਾਂ ਐਸੀ ਕਰਕੇ ਕਿਹਾ ਕਿ ਸਾਰੇ ਸੱਭਿਆਚਾਰ ਸਭ ਲੋਕਾਂ ਨੂੰ, ਔਰ ਕਾਂਗਰਸ ਪਾਰਟੀ ਦਾ ਕਲਚਰ ਹੀ ਹੈ ਕਿ ਅਸੀਂ ਸਭ ਲੋਕਾਂ ਨੂੰ ਨਾਲ ਲੈ ਕੇ ਚੱਲੀ। ਇੱਕ CM ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਸੀ ਜਿਸ ਦੀ ਨਿੰਦਾ ਕੀਤੀ ਜਾ ਰਹੀ ਹੈ, ਉਹਨਾਂ ਨੇ ਕਿਹਾ, ਨਾਲ ਹੀ ਪ੍ਰਿਯੰਕਾ ਗਾਂਧੀ ਵੀ ਖੜੇ ਸਨ, ਉਹਨਾਂ ਨੇ ਕਿਹਾ ਕਿ UP ਦਿੱਲੀ ਬਿਹਾਰ ਦੇ ਭਈਏ ਜੇ ਨੇ, ਉਹਨਾਂ ਨੂੰ ਆਪਾਂ ਪੰਜਾਬ ਦੇ ਵਿੱਚ ਨਹੀਂ ਆਉਣ ਦੇਵਾਂਗੇ। ਉਹਨਾਂ ਦਾ ਮਕਸਦ ਮੈਨੂੰ ਨਹੀਂ ਲੱਗਦਾ, ਮੈਂ ਸੁਣਿਆ ਨਹੀਂ ਹੈ, ਲੇਕਿਨ ਮੈਨੂੰ ਨਹੀਂ ਲੱਗਦਾ ਉਹਨਾਂ ਦੀ ਮੰਸ਼ਾ ਇਹ ਸੀ। ਉਹਨਾਂ ਦੀ ਮੰਸ਼ਾ ਇਹ ਹੈ ਕਿ ਜੋ ਲੋਕ ਬਾਹਰੋਂ ਦੀ ਆ ਕੇ ਇੱਥੇ ਦੀ ਪੋਲੀਟਿਕਸ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ, ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਤੋਂ ਮੈਂ ਐਕਸਪੋਜ਼ ਕਰਨ ਆਇਆ ਉਹਨਾਂ ਦਾ ਹੀ ਤਰਫ ਹੀ ਉਹਨਾਂ ਦਾ ਇਸ਼ਾਰਾ ਸੀ ਕਿ ਉਹੋ ਜਿਹੇ ਲੋਕਾਂ ਨੂੰ ਜਿਹੜੇ ਪੰਜਾਬੀਆਂ ਦੇ ਸਹੀ ਮਾਇਨੇ ਵਿੱਚ ਪੰਜਾਬੀਆਂ ਦੀ ਗੱਲ ਕਰਦੇ ਨੇ, ਪੰਜਾਬੀਆਂ ਦੇ ਹੱਕਦਾਰ ਨੇ, ਉਹਨਾਂ ਦੇ ਹੱਥ ਵਿੱਚ ਪੰਜਾਬ ਦੀ ਰਾਜਨੀਤੀ ਜਾਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ। ਤੁਹਾਨੂੰ ਦੱਸਦੀ ਹੈ ਕਿ CM ਚਰਨਜੀਤ ਸਿੰਘ ਚੰਨੀ ਦੇ ਵਿਆਹ ਜਿਸ ਦੀ ਬਹੁਤ ਨਿੰਦਾ ਹੋ ਰਹੀ ਹੈ, ਇਹਨਾਂ ਦਾ ਕਹਿਣਾ ਕਿ ਮਨਸ਼ਾ ਜੇ ਸੀ ਉਹ ਗਲਤ ਨਹੀਂ ਸੀ, ਸਹੀ ਸੀ, ਉਹ ਕਿਤੇ ਨਾ ਕਿਤੇ ਕੇਜਰੀਵਾਲ ਵੱਲ ਇਸ਼ਾਰਾ ਕਰੇ ਸੀ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਜਰਵਾਨ, ਦੈਨਿਕ ਸਵੇਰਾ TV। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-94-648, 84374-94-648। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ। ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਬਨ, ਜਾਂ ਦੁਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98-199-37-467।